ਮਿੱਤਰੋਂ ਕਿਵੇਂ ਸਾਰੇ ਵਧੀਆ ਘੈਂਟ ਮੈਂ ਵੀ ਆਂਡਿਆਂ ਦੇ ਹੁਣ ਤੁਹਾਨੂੰ ਦੱਸੀਏ ਕਿ ਨਾ ਦੱਸੀਏ ਅਸੀਂ ਤਾਂ ਹੁਣ ਬਣਾਉਣ ਲੱਗੇ ਆ ਜਹਾਜ਼ ਜਿਹੜੇ ਕਿ ਉੱਡਦੇ ਆ ਗਲਾਈਡਰ ਪਲੇਨ ਦੇ ਨਾਂ 'ਤੇ ਜਾਣੇ ਜਾਂਦੇ ਹੋਏ ਆ ਹੁਣ ਪਹਿਲਾਂ ਜੇਟ ਕਾਰਗੋ ਏਅਰਪਲੇਨ ਨੂੰ ਅਸੀਂ ਕਰ ਲੱਗੇ ਹੋਏ ਹਾਂ ਆ ਜਾਓ ਪਿੱਛੇ ਆ ਜਾਓ ਟੱਕਰ ਗਿਆ ਕਿੱਥੇ ਉੱਡ ਗਿਆ ਆ ਵੇਖਿਓ ਨਹੀਂ ਮਰਦਾ ਉਹ ਆ ਕਿਹੜਾ ਵਰਾਈਟੀ ਹੋਇਆ ਹੁਣ ਕੋਈ ਹੋਰ ਵਹਿੰਦੇ ਆ ਨਾ ਉਹਦੇ ਚੰਬੜ ਨਾ ਨਿੰਮੋ ਮੈਂ ਤੈਨੂੰ ਕੀ ਕਿਹਾ ਸੀ ਏਅਰਪਲੇਨ ਬਣਾ ਪਰ ਤੂੰ ਮੰਨਣ ਵਾਲੀ ਕੁੜੀ ਨੀ ਸੋਚਤੇ ਏਅਰਪਲੇਨ ਮੰਨਣ ਦੀ ਤਿਆਰੀਆਂ ਪੂਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲਣ ਡੀਆਂ ਹੋਈਆਂ ਨੇ ਮੈਂ ਵੀ ਇੱਥੇ ਫੁੱਲ ਰੈਡੀ ਹਾਂ ਫੁੱਲ ਰੈਡੀ ਆਪਾਂ ਅਸੀਂ ਤਾਂ ਜਹਾਜ਼ ਆਉਣੇ ਚੇਤੀ ਵੀਰ ਜੀ ਇੰਨਾ ਟਾਈਮ ਨਹੀਂ ਲਾਈਦਾ ਉਹ ਬੋਲੀ ਜਾ ਬੋਲੀ ਜਾ ਇਹਨੂੰ ਨਿਸ਼ਾ ਆ ਗਿਆ ਕਰਾਉਣਾ ਆ ਗਿਆ ਕਰਾਉਣਾ ਕਰਾਉਣਾ ਕੁਛ ਨੀ ਹੁਣ ਕੈਮਰਾ ਮੇਰੇ ਹੱਥ 'ਤੇ ਹੋਇਆ ਵਾ ਹੁਣ ਆ ਨਿੰਮਤ ਭੈਣ ਡਾਉਣ ਲੱਗੀ ਆ ਵੇਹਨੇ ਇਹਨਾਂ ਦੇ ਹੱਥ ਦੇ ਕਮਾਲ ਕਿੱਦਾਂ ਦੇ ਹਾਏ ਬੜੀ ਉਹਨੂੰ ਡਾਈਦੀ ਕੱਲ ਕੋਈ ਨੀ ਤੂੰ ਕਰ ਬਾਰਡਰ ਚ ਟੱਪ ਗਿਆ ਬਾਰਡਰ ਟੱਪ ਗਿਆ ਇੱਧਰ ਜਹਾਜ਼ ਪੜੀ ਜਾਂਦਾ ਹਾਂ ਤੂੰ ਹੀ ਆ ਨਾ ਬਾਰਡਰ ਆ ਵੇਖਿਓ ਕਿੰਨੇ ਜਹਾਜ਼ ਸਾਡੇ ਪਏ ਹੋਏ ਇੱਥੇ ਉਹ ਬੁੱਕਸ ਨਹੀਂ ਤੂੰ ਜਹਾਜ਼ ਬਣਾ ਬਸ ਮੇਰਾ ਜਹਾਜ਼ ਬਣਾਉਣ ਦੀ ਇੰਤਜ਼ਾਰ ਅਗਰ ਤੁਸੀਂ ਵੀ ਜਹਾਜ਼ ਬਣਾਉਣਾ ਸਿੱਖਣਾ ਤੇ ਹੁਣ ਮੈਂ ਤੁਹਾਨੂੰ ਸਿਖਾਉਣ ਲੱਗਾ ਜਹਾਜ਼ ਕਿੱਦਾਂ ਬਣਾਈਦਾ ਵਾ ਚਲੋ ਹੁਣ ਤਿਆਰ ਆ ਟਾਈਮ ਲੈਪਸ ਨਹੀਂ ਲਾਉਂਦੇ ਉਦਾਂ ਸਿਖਾ ਦੇਣੇ ਤੁਹਾਨੂੰ ਕਾਪੀ ਪੜਦੇ ਪਹਿਲਾਂ ਪੁਰਾਣੀ ਕਾਪੀਆਂ ਵਾ ਕੋਈ ਛੇੜਛਾੜ ਨੀ ਕਰਨੀ ਵੀਰ ਜੀ ਕੰਮ ਹੀ ਉਹ ਮੈਂ ਡਾਉਣ ਲਗਾ ਜੇ ਆ ਕੀ ਕਹਿੰਦਾ ਉਹ ਤੇ ਆਸੇ ਚੱਲਣ ਡੇ ਅਗਰ ਸਾਨੂੰ ਪਿੱਦਾ ਜਿਹਾ ਵਲੋਗ ਚੰਗਾ ਲੱਗਾ ਹੋਊਗਾ ਤੇ ਲਾਈਕ ਕਰੇ ਨਾ ਸਬਸਕ੍ਰਾਈਬ ਕਰੇ ਨਾ ਮਿਲਦੇ ਹਾਂ ਨੈਕਸਟ ਵਲੋਗ ਤੇ ਛੁੱਟੀਆਂ ਖਤਮ ਹੋਣ ਤੇ ਬਸ ਕੱਲ੍ਹ ਲਾਸਟ ਦੇਣੇ ਆ ਤੇ
ਨੌਵੀਂ ਕਲਾਸ ਚੋਂ ਚਲੇ ਆ। ਤੂੰ ਤੇਰੀ ਕਿਹੜੀ ਕਲਾਸ ਚੋਂ ਚਲੀ? ਆਪਾਂ ਫਿਫਥ ਚੋਂ ਗਏ ਆ। ਚਲੋ ਓਕੇ ਨਿਮਤ, ਕਹਦੇ ਬਾਏ ਬਾਏ।